ਅੱਜ ਸ਼੍ਰੀ ਕਲਤਕ ਸਾਇਬ ਕੇ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਹੋਈ ਇਸ ਮੀਟਿੰਗ 'ਚ ਸ਼੍ਰੀ ਕਲਤਕ ਸਾਇਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਵਜਨ ਸਿੰਘ ਤਕਚਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਵਾਲ ਸਿੰਘ ਤਕਚਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤਕਚਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਹੈੱਡ ਗ੍ਰੈਂਟੀ ਸਚਕਣ ਸ਼੍ਰੀ ਰਮੰਦਰ ਸਾਹਿਬ ਦੇ ਗਿਆਨੀ ਜਗਤਾਰ ਸਿੰਘ ਮੌਜੂਦ ਰਹੇ ਇਸ ਮੀਟਿੰਗ 'ਚ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸੁਪੁੱਤਰ ਅਰਜਨ ਸਿੰਘ ਬਾਦਲ ਦੇ ਪ ਉਹਨਾਂ ਨੂੰ ਡੇਰਾ ਸਿਰਸਾ ਵਿਖੇ ਬੋਟਾ ਮੰਗਣ ਦੇ ਦੋਸ਼ ਵਿੱਚ ਤਲਬ ਕੀਤਾ ਗਿਆ ਸੀ ਜ਼ਿਕਰ ਜੋਗਾ ਹੈ ਕਿ ਪੰਜ ਤੋਂ 6 ਕੇਗੇ ਸੁਚਾ ਸੰਗ ਲੰਗਾਰੇ ਮਾਸਟਰ ਜॉर्ज ਸਿੰਘ ਵਿਰੋਧਵੀ ਸ਼੍ਰੀ ਕਾਲਕਤਖ ਸਾਹਿਬ ਤੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਆਰਥ ਨਾਲ ਇਤਰਾਜ਼ਯੋਗ ਹਾਲ ਚ ਫੜਿਆ ਗਿਆ ਸੀ ਇਸ ਮੀਟਿੰਗ ਦੌਰਾਨ ਸ਼੍ਰੀ ਕਾਲਕਤਖ ਸਾਹਿਬ ਨੇ ਫੈਸਲਾ ਸੁਣਾਉਂਦੇ ਹੋਏ ਜਾਰਜ ਸਿੰਘ ਨੂੰ ਤਨਖਾਹੀ ਅਕਰਾਰ ਦਿੱਤਾ ਹੈ ਜ਼ੈਨਾਲੀ ਬੂਟਾ ਸਿੰਘ ਨੂੰ ਪੰਜ ਤੋਂ 6 ਇੱਕ ਦਿੱਤਾ ਗਿਆ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਜ਼ਰੂਰੀ ਇਕੱਤਰਤਾ ਹੋਈ ਜਿਸ ਦੇ ਵਿੱਚ ਕੁਝ ਪੰਥਕ ਮਸਲੇ ਵਿਚਾਰੇ ਗਏ ਹਨ ਜਿਨ੍ਹਾਂ ਵਿੱਚ ਜੋਹਰ ਸਿੰਘ ਪ੍ਰਧਾਨ ਗੁਰਦੁਆਰਾ ਛੋਟਾ ਕੱਲੂ ਕਾਰਾ ਸਾਹਿਬ ਕਨੂੰ ਆਣਾ ਸ਼ਾਮ ਗੁਰਦਾਸਪੁਰ ਵੱਲੋਂ ਕੀਤੀ ਅਵਗਿਆ ਸਬੰਧੀ ਸ੍ਰੀ ਅਕਾਲ ਪੁਰਖ ਸਾਹਿਬ ਵੱਲੋਂ ਉਸ ਨੂੰ ਵਾਰ-ਵਾਰ ਬੁਲਾਇਆ ਗਿਆ ਪਰ ਉਹ ਹਾਜ਼ਰ ਨਹੀਂ ਹੋਇਆ ਨਾ ਹੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਆਦੇਸ਼ਾਂ ਨੂੰ ਮੰਨਣਾ ਉਸਨੇ ਜ਼ਰੂਰੀ ਸਮਝਿਆ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਪੰਜ ਸਿੰਘ ਸਹਿਬਾਨਾਂ ਵੱਲੋਂ ਉਸ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ। ਔਰ ਉਸ ਦੀਆਂ ਸਾਰੀਆਂ ਹੀ ਪੰਥਕ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ। ਔਰ ਜਦੋਂ ਤੱਕ ਉਹ ਸ੍ਰੀ ਅਕਾਲ ਤਖਤ ਸਾਹਿਬ ਖੇ ਹਾਜ਼ਰ ਹੋ ਕੇ ਆਪਣੀ ਭੁੱਲ ਨਹੀਂ ਬਖਸ਼ਾ ਲੈਂਦਾ ਉਨੀ ਦੇਰ ਤੱਕ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ ਇਸ ਨਾਲ ਕੋਈ ਵੀ ਧਾਰਮਿਕ ਸਮਾਜਿਕ ਰਾਜਨੀਤਿਕ ਸਾਂਝ ਨਾ ਰੱਖਣ ਔਰ ਉਸੇ ਹੀ ਅਸਥਾਨ ਤੇ ਗੁਰਦੁਆਰਾ ਛੋਟਾ ਕੱਲੂ ਘਾਰਾ ਕਨੂਆਣਾ ਸ਼ੰਭ ਵਿੱਚ ਜੋ ਬੂਟਾ ਸਿੰਘ ਉਸ ਸਮੇਂ ਜਰਨਲ ਸਕੱਤਰ ਦੀ ਡਿਊਟੀ ਨਿਭਾ ਰਿਹਾ ਸੀ ਉਸ ਦੇ ਵੱਲੋਂ ਕੀਤੀ ਇੱਕ ਦੁਰਾਚਾਰੀ ਘਟਨਾ ਦੇ ਕਾਰਨ ਸੰਗਤਾਂ ਦੇ ਮਨਾਂ ਵਿੱਚ ਭਾਰੀ ਠੇਸ ਪਹੁੰਚੀ ਅਰਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਨਿਕ ਕਮੇਟੀ ਨੇ ਵੀ ਆਪਣੀ ਰਿਪੋਰਟ ਦੇ ਵਿੱਚ ਇਹ ਜ਼ਾਹਰ ਕੀਤਾ ਹੈ ਕਿ ਜੇਕਰ ਗੁਰੂ ਘਰਾਂ ਦੇ ਪ੍ਰਬੰਧਕ ਆਚਾਰਣਹੀਣ ਹੋ ਕੇ ਕਟਿਆ ਕਾਰਵਾਈਆਂ ਕਰਨ ਅਤੇ ਪ੍ਰਬੰਧਕ ਮਹਾਂਤਾ ਪੁਜਾਰੀਆਂ ਵਾਂਗ ਗੁਰੂ ਘਰਾਂ ਵਿੱਚੋਂ ਉਹਨਾਂ ਨੂੰ ਕੱਢਣਾ ਜ਼ਰੂਰੀ ਹੋਵੇਗਾ ਇਸ ਕਰਕੇ ਬੂਟਾ ਸਿੰਘ ਨੂੰ ਪੰਥ ਦੇ ਵਿੱਚੋਂ ਖਾਰਜ ਕੀਤਾ ਗਿਆ ਹੈ ਪੜਤਾਲੀਆ ਰਿਪੋਰਟ ਦੀ ਰਿਪੋਰਟ ਦੇ ਆਧਾਰ ਪਰ ਪੰਜ ਸਿੰਘ ਸਹਿਬਾਨਾਂ ਵੱਲੋਂ ਗੁਰਦੁਆਰਾ ਛੋਟਾ ਕੱਲੂ ਘਾਰਾ ਸਾਹਿਬ ਕਾਨੂੰਨ ਆਣ ਗੁਰਦਾਸਪੁਰ ਦੀ ਪ੍ਰਬੰਧਕ ਕਮੇਟੀ ਜੋ ਟਰਸਟ ਹੈ ਉਹ ਭੰਗ ਕੀਤਾ ਜਾਂਦਾ ਹੈ ਜਿੰਨੀ ਦੇਰ ਤੱਕ ਇਲਾਕੇ ਦੀਆਂ ਸਿੱਖ ਸੰਗਤਾਂ ਦੀ ਰਾਏ ਅਨੁਸਾਰ ਇਥੋਂ ਦਾ ਪੁਖਤਾ ਪ੍ਰਬੰਧ ਸੰਗਤਾਂ ਦੇ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਨਗਰ ਪੰਚਾਇਤ ਇਲਾਕੇ ਦੀ ਭਾਵਕੇ ਜੋ ਕਾਨੂੰਨ ਆਣ ਦੀ ਨਗਰ ਪੰਚਾਇਤ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਗੁਰਦੁਆਰੇ ਸਾਹਿਬ ਦਾ ਪ੍ਰਬੰਧ ਸੁਚਾਰੂ ਤਰੀਕੇ ਨਾਲ ਚਲਾਉਣ ਉਥੇ ਗੁਰਦੁਆਰਾ ਸਾਹਿਬ ਖੇ ਕਬਜ਼ੇ ਦੀ ਨੀਅਤ ਨਾਲ ਬੈਠੇ ਕੋਈ ਸ਼ਰਾਰਤੀ ਅੰਸਰਾਂ ਅਤੇ ਉਹਨਾਂ ਦੀ ਪੇਠ ਥਾਪਣ ਵਾਲੇ ਰਾਜਨੀਤਿਕ ਲੋਕਾਂ ਨੂੰ ਲੋਕਾਂ ਨੂੰ ਸਖਤ ਤਾਰਨਾ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਅਜਈਆਂ ਕਾਨੂੰਨੀਆ ਕਾਰਵਾਈਆਂ ਤੋਂ ਬਾਝ ਆਉਣ ਕਾਨੂੰਨ ਪੰਚਾਇਤ ਪ੍ਰਸ਼ਾਸਨ ਦੀ ਮਦਦ ਨਾਲ ਉਥੇ ਸ਼ਰਾਰਤੀ ਅਨਸਰਾਂ ਨੂੰ ਗੁਰੂ ਘਰ ਵਿੱਚੋਂ ਕੱਢ ਕੇ ਮਰਿਆਦਾ ਬਹਾਲ ਕਰਾਉਣ ਦੇ ਉਪਰਾਲੇ ਕਰਨ ਜਲਦੀ ਹੀ ਇਲਾਕੇ ਦੀਆਂ ਸਿਕ ਸੰਗਤਾਂ ਨਾਲ ਵਿਚਾਰ ਕਰਕੇ ਉਥੋਂ ਦੇ ਪ੍ਰਬੰਧ ਚਲਾਉਣ ਲਈ ਪੁਖਤਾ ਪ੍ਰਬੰਧ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਕੇ ਟੀਵੀ